ਤੁਹਾਡੇ ਕਿੰਨੇ 8 ਦਿਨ ਹੋ ਗਏ ਅੱਜ ਹਾਂਜੀ ਪਹਿਲਾਂ ਪਹਿਲੇ 15-20 ਦਿਨਾਂ ਚ ਤਾਂ ਜੇ ਤੁਹਾਡਾ ਲਿਕੁਇਡ ਇਨਟੇਕ ਵੀ ਘੱਟ ਆ ਮੰਨ ਲਓ ਜਿਵੇਂ ਹੁਣ ਤੁਸੀਂ ਇੰਡੀਆ ਆਏ ਹੋਏ ਆ ਉੱਥੇ ਗਰਮੀ ਹੁੰਦੀ ਆ ਗਰਮੀ ਨਾਲ ਪਾਣੀ ਉੱਡ ਜਾਣਾ 1 ਲੀਟਰ ਪਾਣੀ ਆਪਣਾ ਉੱਡ ਜਾਣਾ ਸੋ ਤੁਹਾਡੀ ਬਾਡੀ ਨੂੰ ਲੋੜ ਆ 2 ਲੀਟਰ ਦੀ 2 ਲੀਟਰ ਮੰਨ ਲਓ ਆਪਾਂ ਪੀ ਲਿਆ 1 ਲੀਟਰ ਤਾਂ ਉੱਡ ਗਿਆ ਸੋ ਇਹਦਾ ਮਤਲਬ 1 ਲੀਟਰ ਹੋਰ ਪੀਣ ਦੀ ਲੋੜ ਸੀ ਸੋ ਯੂ ਨੀਡ 3 ਲੀਟਰ ਅੱਛਾ ਜੇ 1 ਲੀਟਰ ਯੂਰਿਨ ਆ ਗਿਆ ਦੈਟ ਮੀਨਸ ਯੂ ਨੀਡ 4 ਲੀਟਰ ਇਸ ਲਈ ਇਹ ਥੋੜ੍ਹਾ ਜਿਹਾ ਇਹ ਧਿਆਨ ਰੱਖੋ ਅਜੇ ਜਿਵੇਂ ਤੁਸੀਂ ਜਾਂਦੇ ਹਾਂ ਬਾਹਰ ਗਰਮੀ 'ਚ ਤਾਂ ਪੀਣ ਦਾ ਬਹੁਤ ਧਿਆਨ ਰੱਖਿਆ ਜਾਵੇ ਕੁਛ ਕੁਛ ਥੋੜ੍ਹਾ 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 ਪੀਂਦੇ ਰਹੋ ਅਦਰਵਾਈਜ਼ ਕੀ ਹੁੰਦਾ ਜੇ ਮੰਨ ਲਓ ਆਪਾਂ ਘੱਟ ਪੀ ਰਹੇ ਹਾਂ ਉਹਦੇ ਨਾਲ ਫਿਰ ਡੀਹਾਈਡਰੇਸ਼ਨ ਦੀ ਫੀਲਿੰਗ ਆਊਗੀ ਤੁਹਾਨੂੰ ਆਪਣੇ ਆਪ ਪਤਾ ਲੱਗੂਗਾ ਮੂੰਹ ਸੁੱਕੂਗਾ ਅਤੇ ਤੁਹਾਨੂੰ ਲੋ ਫੀਲਿੰਗ ਆਊਗੀ ਬਾਡੀ 'ਚ ਤਾਕਤ ਨਹੀਂ ਹੈ ਦੈਟ ਮੀਨਸ ਯੂਅਰ ਬਾਡੀ ਨੀਡਸ ਮੋਰ ਆਫ ਲਿਕੁਇਡਸ ਨਮਕ ਪਾ ਕੇ ਲੱਸੀ ਵਗੈਰਾ ਈਵਨ ਜੇ ਜੂਸ ਵੀ ਪੀਣਾ ਉਸ ਵੀ ਨਮਕ ਪਾ ਲਓ ਨਮਕ ਹਮੇਸ਼ਾ ਤੁਹਾਡੇ ਲਈ ਵਧੀਆ ਰਹੂਗਾ ਕਿਉਂਕਿ ਇਹ ਓਪਰੇਸ਼ਨ ਨਾ ਨਮਕ ਨੂੰ ਵੀ ਬਾਹਰ ਕੱਢਦਾ ਇਸ ਲਈ ਸਾਲਟ ਜ਼ਿਆਦਾ ਲੈਣਾ